ਦੀ ਹੈ ਦੂਰ ਦੇ ਅੰਦਰ 120 ਤੇ ਮੀਟਰ ਚੱਲ ਰਿਹਾ, 120 ਸਪੀਡ ਹੈ ਸ਼ਹਿਰ ਦੇ ਅੰਦਰ। ਇਹ ਬੰਗਾਲੀ ਜੇ ਗੱਡੀ ਚਲਾਉਂਦਾ ਹੈ, ਠੀਕ ਹੈ ਜੀ। ਹੈ ਗਾੜੀ ਬਹੁਤ ਅੱਛੀ ਚਲਾਉਂਦਾ ਵੈਸੇ, ਬਿਲਕੁਲ ਰਿਲੈਕਸ ਹੋ ਕੇ ਚਲਾ ਰਿਹਾ ਗਾੜੀ। ਇਹ ਬਲਦੀਆਂ ਦਾ ਪਾਣੀ ਚੁੱਕਣ ਵਾਲੀ ਇਹ ਗੱਡੀ ਲੰਘੀ ਹੈ ਪੀਲੇ ਰੰਗ ਦੀ। ਇਹ ਬੱਸ ਹੈ ਘੁੰਮਣ ਨੇ ਜੀ ਚਲਾਈ ਹੋਈ ਹੈ, ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਵਿੱਚ। ਇਹ ਗਾੜੀ ਜੇ ਬਲਦੀਆਂ ਵਾਲੀ, ਜਿਹੜਾ ਗੰਦਾ ਪਾਣੀ ਗਟਰਾਂ ਦਾ ਪਾਣੀ ਜਿਹੜਾ ਹੁੰਦਾ ਨਾ ਇਹ ਚੁੱਕ ਕੇ ਲਿਆਉਂਦੀ ਹੈ। ਇਹ ਕੈਮਰੇ 'ਚ ਲੱਗੇ ਤੇ ਛੋਟੇ ਛੋਟੇ ਹੁਣ ਇਹਨਾਂ ਲਾ ਛੱਡਿਆ। ਦੇਖੋ ਜਾਮ ਹੋ ਗਿਆ ਹੁਣ ਇਸ ਸਾਈਡ 'ਤੇ ਵੀ, ਦੇਖੋ ਨਾ ਕਿੰਨੀ ਟ੍ਰੈਫਿਕ ਹੈ, ਜਾਮ ਹੋ ਗਿਆ ਹੁਣ ਆਸਤਾ ਆਸਤਾ। ਜਿੱਥੇ 10 ਮਿੰਟ 'ਚ ਪਹੁੰਚਣਾ ਸੀ ਉੱਥੇ ਖੁਸ਼ੀ ਭਾਵੇਂ 1 ਘੰਟਾ ਲੱਗ ਜਾਏ ਪਹੁੰਚਦੇ। ਇਹ ਬੜੀ ਵੱਡੀ ਬਿਮਾਰੀ ਹੈ ਸਾਊਦੀਆ ਵਿੱਚ ਖਾਸ ਤੌਰ 'ਤੇ। ਅੰਡਰਪਾਸ ਬਣੇ ਦੇ ਇੰਨੇ ਜ਼ਿਆਦਾ ਕੁਬੜੀਆਂ ਬਣੀਆਂ ਹੋਈਆਂ, ਲੇਕਿਨ ਕੋਈ ਫਾਇਦਾ ਨਹੀਂ ਹੈ। ਫਾਇਦਾ ਹੈ ਵਾ, ਅਗਰ ਇਹ ਨਾ ਬਣਿਆ ਹੋਏ ਤਾਂ ਫਿਰ ਤਾਂ ਬਿਲਕੁਲ ਹੀ ਬਲਾਕ ਹੋਏ ਕਰੇ ਹਰ ਟਾਈਮ ਹੀ। ਇੰਨੇ ਅੰਡਰਪਾਸ ਬਣੇ ਹੋਏ ਆ ਫਿਰ ਵੀ, ਵੇਖੋ ਮੈਂ ਦੱਸ ਰਿਹਾ ਤੁਹਾਨੂੰ ਕਿੰਨੀ ਮੈਂ ਕਿ ਰਸ਼ ਹੈ। ਬਾਕੀ ਇਹ ਰਾਤ ਦੀ ਵੀਡੀਓ, ਰਾਤ ਦੀ ਹੋਏ ਤਾਂ ਬਹੁਤ ਪਿਆਰੀ ਲੱਗੇ ਵੀਡੀਓ ਰਾਤ ਦੀ ਸਾਊਦੀਆ ਦੀ, ਕਿਉਂਕਿ ਲਾਈਟਿੰਗ ਹੁੰਦੀ ਹੈ ਨਾ, ਪੂਰਾ ਜਗ ਪੂਰਾ ਰੋਸ਼ਨ ਹੋਇਆ ਹੁੰਦਾ, ਜਗ ਜਗਮਾਉਂਦਾ ਵਾ ਮੈਂ ਕਿ ਰਿਆਜ਼ ਪੂਰਾ ਲਾਈਟਾਂ ਨਾਲ, ਉਹ ਫਿਰ ਬਹੁਤ ਹੀ ਅੱਛਾ ਲੱਗਦਾ ਵਾ। ਤਫਤੀਸ਼ ਆ ਗਈ ਇੱਥੇ, ਦੇਖੋ ਬਈ ਯਾਰ ਰਿਆਸ ਦੀ ਹਦੂਦ ਸ਼ੁਰੂ ਹੋਣ ਵਾਲੀ ਹੈ ਜੇ। ਵੈਸੇ ਅਸੀਂ ਰਿਆਸ ਤੋਂ ਬਾਹਰ ਹੀ ਹਾਂ। ਇਹ ਦੇਖੋ ਬੱਦੂਆਂ ਦੇ ਘਰ ਬਣੇ ਦੇ ਆ ਮਿੱਟੀ ਵਾਲੇ। ਇਹ ਦੇਖੋ ਉੱਥੇ ਵੀ ਹੈ, ਕਣਕ ਬੀਜੀ ਹੋਈ ਹੈ। ਵੈਸੇ ਹਵਾ ਹਲਕੀ ਹਲਕੀ ਚੱਲ ਰਹੀ ਹੈ ਅਤੇ ਮੱਟੀ ਵਿੱਚ ਉੜਦੀ ਪਈ ਹੈ, ਧੁੰਦ ਤਰ੍ਹਾਂ ਦੀ ਪਈ ਦੀ ਹੈ। ਵੇਖੋ ਪੁੱਲ ਹੈ ਬਣਿਆ ਵਾ ਬਹੁਤ ਪਿਆਰਾ ਮਾਸ਼ਾਅੱਲਾ। ਵੇਖੋ ਪਹਾੜ ਹੈ ਅੱਗੇ, ਵਿੱਚ ਹੀ ਪਹਾੜ ਸ਼ੁਰੂ ਹੋ ਜਾਂਦੇ ਆ, ਵਿੱਚ ਹੀ ਉੱਚਾਈ ਹੈ, ਵਿੱਚ ਹੀ ਨੀਚੇ ਜਾਣ ਵਾਲਾ ਰਸਤਾ। ਵੇਖੋ ਤੁਸੀਂ, ਵੇਖੋ ਇਹ ਪਹਾੜ ਸ਼ੁਰੂ ਹੋਇਆ। ਇੱਥੇ ਸਪੀਡ 140 ਹੈ ਕਿਲੋਮੀਟਰ, ਇਸ ਤੋਂ ਉੱਪਰ ਜਿਹੜਾ ਕੈਮਰੇ ਮਾਰਦੇ ਆ, ਕੈਮਰੇ ਲੱਗੇ ਤੇ ਜਗ੍ਹਾ ਜਗ੍ਹਾ 'ਤੇ। ਇਹ ਮਸਜਿਦ ਹੈ ਮਾਸ਼ਾਅੱਲਾ, ਇਹ ਪਹਾੜ ਜੇ ਵੇਖੋ ਸ਼ੁਰੂ ਹੋਇਆ। ਜਿੱਥੇ ਹੁਣ ਇੱਥੇ ਦਰਖਤ ਵੀ ਲੱਗ ਗਏ ਦੇ ਹੈ ਨਾ, ਨਹੀਂ ਤਾਂ ਅੱਜ ਤੋਂ 20 ਸਾਲ ਪਹਿਲੇ ਰਿਆਜ਼ 'ਚ ਕੋਈ ਦਰਖਤ ਨਹੀਂ ਸੀ ਨਜ਼ਰ ਆਉਂਦਾ ਹੁੰਦਾ 20-25 ਸਾਲ ਪਹਿਲੇ। ਇਸੇ ਤਰ੍ਹਾਂ ਹੀ ਪਹਾੜ ਹੀ ਹੁੰਦੇ ਸੀ ਜ਼ਿਆਦਾਤਰ। ਦੇਖੋ ਅਸੀਂ ਇਹ ਉੱਚਾਈ 'ਤੇ ਜਾ ਰਹੇ ਹਾਂ,
बड़ा पहाड़ है शुरू हो गया। दोवा साडा तो पहाड़ा बिच रोड बनाई दी इन्होंने, बहुत प्यारी रोड है। जिस तरह साढ़े मोटरवे सेम इस तरह की रोड बिल्कुल बनी हुई है। इन्निया खुलियां खुलियां रोडा जो बनी दी फिर भी ट्रैफिक नहीं खत्म होंगी। वेखो किन्नी ट्रैफिक है, बहुत ज्यादा आस्ता आस्ता ज्यादा होंगी जा रही है। हमने जी ना ट्रैफिक इन्नी क ज्यादा हो जानी है कि मैं कि बिच बिच रस्ते बंद हो जाने हैं। देखो किड्डी प्यारी रोड है, किड्डी खुली रोड है, पांच ट्रेक बने दे रोड च, लेकिन फिर भी जाम हो जाती है। पता नहीं बहुत गाड़ी है दरअसल। रेत के पहाड़ है सारे तनवीर भाई, रेत के पहाड़ है। देखो जिस तरह साढ़े समुद्र दरियावान लागे होंगे ना रेत, इस तरह वेखो इन्हों का कलर वेखो रेत है, केरा मिट्टी वाला कलर है तो रेत है। लेकिन सारे देखो हल्की हल्की है, सब्जी उगी दी है, सब्जा उगे था हल्का हल्का। देखो ना सारी रेत ही रेत है। थोड़ा जहा पत्थर का पहाड़ है थोड़ा जहा, लेकिन बाकी सारी रेत ही रेत का पहाड़। इनू कहते अरबी च रमल। देखो फैक्ट्री एरिए शुरू हो गया, कैमरा जे लगे हुए जगह जगह इस तरह के कैमरे लगे हुए हैं। जो स्पीड ओवर होंगी है उन्होंने नाल ही कैमरा मार देंगे, नाल ही पाँच मिनट बाद उन्होंने मैसेज आ जाता है कि बई तुहानू इन्ना जुर्माना आ गया जे तुम इन्नी तो इन्नी स्पीड गड्डी चलाई है। इस चीज़ का बेल्ट नहीं बनी दी ओदा जुर्माना आ जाएगा। ठीक है, रूल बहुत अच्छे अच्छा है इस लिहाज न। अगर कोई मोबाइल ना लगा हो ड्राइवर ओनू कैमरा वजेगा ओनू पता ही नहीं चलेगा, जो ओनू पता उदों ही चलेगा जो ओनू मैसेज आएगा मोबाइल से कि बई मैं इन्हू तो इन्ना जुर्माना आ गया वै। रश ही रश है, जो तनवीर भाई मैं खास ताडे लिए वीडियो बना रहा। ठीक है जी, देखो ये तुम मैं दसनी है वीडियो बिल्डिंग दसनी है। देखो किड्डी प्यारी बनी हुई है, लेकिन रात को ये तो ज़्यादा प्यारी लगे, दिन में इसलिए, लेकिन इसकी खूबसूरती देखो बहुत ज़्यादा बनी हुई है प्यारी।